बाबा की मसले मैं गौर न क्यों देखना है ओ जी मेरी गड्डी दी गैस खत्म हो गई है मियां ने जरा टिका ला छोड़ो लाना छ तो या तो दफा ने ओ ना जी ना चप्पल लाने की कोई जरूरत नहीं दरअसल मैं तुसों को एक गल पूछनी पूछ के गल ले ओ गल सुन तेरी शादी हो गई है तो फिर तो ठीक है अगर शादी नहीं हुई तो मेरे नाल शादी कर से उफ अल्लाह जी बाबा अपनी उम्र तो देख मैं तेरी बच्चे जगावा ओ या ओ जी शादी से उम्र की केड़ी कायदे ओ या ओ या बाबा जी तुसों कितनी माल दौलत मां देने वास्ते ओ या ओ चलिए मेरी लैंड क्रूजर ओ या बैलेंस ते बंगला मेरा ओ तू ते भूल वैसे तुदा ते दुनिया ते ही जन्नत मिल जुलसी जी मैं फिर जरूर तुसा नाल फिर मैं कदो रिश्ता केन के आवा जदू तुसा नी मर्जी पर तुसी काम की कर देओ ओ बाकी गला बाद एज करसा तुसा ते मेरा दिल खुश कर छोड़े मैं प्राहुआ दस के आना अच्छा खुदा हाफिज ओ या खुदा हाफिज ओ फकीरा यरा तेरे नाल एक गल करनी ही हो करो ना जी भरा के गल कर दियो जी बिस्मिल्लाह जी ओ यरा मैं कुड़ी देखी है बहुत सोहनी है हला ते मैं आखना यरा तू मेरे नाल जुले ते मेरे रिश्ते वास्ते उस नाल गल करें ये मेरे से कुड़ी देखी या आपे से देखी है ओ यरा मैं अपने वास्ते देखी है ते तू मेरे नाल जुल ते उसे रिश्ते की गल करा ते नाले देख ना इस घरे च कुड़ी दी जरूरत है ना साड़ी मां वे ना भैन है ते कुड़ी दी जरूरत है ना सही आखदे हो भरा ते उसको तुसी देड़ा छेड़ा पूछो ते चले भी सन दोए भरा ते गल कर आसा बस ठीक है मैं उस नाल गल पक्की करके सही है ते फिर तो मैं दसा ते मेरे नाल जुली जो थे उस ते रिश्ते दी गल करी चले जुलसा कोई मसला नहीं भरा चले जुलसा ਉਹ ਸ਼ੁਕਰ ਹੋ ਕਿ ਮੈਂ ਕੁੜੀ ਨਜ਼ਰ ਆਈ ਹੋ ਮੇਰਾ ਖਿਆਲ ਆ ਤਾਂ ਕੋਲ ਜੁਲਾਂ ਦਾ ਦੇਖਾਂ ਦਾ ਕੀ ਕਰਦੀ ਏ ਬਈ ਕੁਛ ਨਹੀਂ ਅਸਮਤ ਕੋ ਉਹ ਗੱਲ ਸੁਣੋ ਇਹ ਰਾ ਕੇ ਦੁਰ ਵਿੰਦੇ ਆਗਾ ਇਹ ਜੁਲਦਾ ਨਹੀਂ ਇਸ ਤੋਂ ਲੰਘ ਕੇ ਆਪੇ ਆ ਜੁਲਣਾ ਪੈਂਦਾ ਤੁਸੀਂ ਦੱਸੋ ਤੁਸੀਂ ਕਿੱਥੇ ਜੁਸੋ ਜੀ ਉਹ ਜੀ ਤੁਸਾਂ ਦੇਖਿਆ ਮੈਂ ਨਾ ਹੀ ਉਹ ਸਭ ਭੁੱਲ ਗਿਆ ਜੀ ਉਹ ਕੀ ਨਾਂ ਸੀ ਆ ਵਲੀਦਾਦ ਭਾਈ ਦੇ ਘਰੇ ਜੁਲਣਾ ਜੀ ਇਸ ਗਰਾਏ ਵਿੱਚ ਤੇ ਕੋਈ ਵਲੀਦਾਦ ਨਹੀਂ ਰਹਿੰਦਾ ਉਹ ਜੀ ਉਹ ਤੇ ਲੜੀ ਸਹੀ ਦਾ ਰਹਿੰਦਾ ਜੀ ਇਸ ਤਰ੍ਹਾਂ ਆਹਨਾ ਇਸ ਤਰ੍ਹਾਂ ਉਸੇ ਕਰਿਆ ਜੁੰਦਾ ਗੱਲ ਸੁਣੋ ਮਾਂ ਸ ਘਰ ਵੀ ਨਹੀਂ ਸਹੀ ਤੇ ਇਹ ਵੀ ਕਲਾ ਰਾਹ ਲੁਗਿਆ ਤੇ ਆਹ ਨਾ ਤੁਸੀਂ ਮਾਂ ਸ ਘਰ ਨਹੀਂ ਛੋੜਾਂਦੇ ਹੋ ਤੂੰ ਮੈਂ ਨਾ ਲਸਤ ਲਾਣਾ ਤੂੰ ਤੂੰ ਮੇਰਾ ਵਾਕਫ ਨਹੀਂ ਹੈ ਮਾਰਸਾ ਨਾ ਇਥੋਂ ਉਹ ਜੁਲਦੀ ਨਹੀਂ ਹੈ ਮਾਰ ਦੇ ਨਾ ਹਲਾ दिल दे बूहे कोल मेरा दिल भर रहंदा ए दिल दे बूहे कोल मेरा दिल भर रहंदा ए मिन्नत हजार ਨਹੀਂ ਇਸ ਤੱਕ ਦੇਖ ਕੇ ਕਾਸਮ ਜੀ ਇਹ ਭਰਾ ਸਾਡਾ ਵੀ ਅੱਜ ਸਾਡੀ ਖੁਸ਼ੀ ਹੈ ਤੇ ਇਸਰੇ ਦਾ ਉਹ ਕੀ ਗੱਲ ਹੈ ਮੰਜੇ ਤਲੇ ਬੈਠੇ ਦਾ ਮੰਜੀ ਤੇ ਕਿਉਂ ਨਹੀਂ ਪੈਣੇ ਉਹ ਭਰਾ ਸ਼ੁਕਰ ਹੈ ਉਹ ਆ ਰਿਹਾ ਤੂੰ ਤਹੀਂ ਪੇ ਦੇਖਣਾ ਉੱਥੇ ਮੰਜੀ ਦੇ ਵਿਆਹ ਵਾਲਾ ਨੇ ਬੰਦੇ ਵਿਆਹ ਹੋਆ ਖੈਰ ਹੋਵੇ ਅੱਜ ਤੂੰ ਖੁਸ਼ ਹੈ ਅੱਜ ਮੈਂ ਵੀ ਖੁਸ਼ ਹੈ ਉਹ ਕੀ ਗੱਲ ਹੈ ਅੱਜ ਤੂੰ ਦੋਨੋਂ ਤੇ ਨਹੀਂ ਹੱਥ ਲੱਗ ਗਈ ਆ ਉਹ ਨਾ ਅੱਜ ਮੈਂ ਵੀ ਕੁੜੀ ਦੇਖ ਕੇ ਆਈ ਹੈ ਠੀਕ ਹੈ ਨਾ ਤੂੰ ਮੇਰੇ ਨਾਲ ਜੁਲਸੀ ਮੈਂ ਤੇਰੇ ਨਾਲ ਨਾ ਜੁਲਸਾਂ
ਬਸ ਠੀਕ ਹੈ ਫਿਰ ਦੋਏ ਜੁਲਸਾਂ ਅਸੀਂ ਲਾਲਾ ਬੇਬੇ ਤੋਂ ਨਹੀਂ ਤਾਂ ਭਰਾ ਹੀ ਹੁਣ ਜੁਲਸਾਂ ਇੱਕ ਦੂਜੇ ਦਾ ਕੰਮ ਕਰ ਸਾਂ ਠੀਕ ਹੈ ਠੀਕ ਕੁੜੀ ਦੇਖੀ ਆ ਆਏ ਆਏ ਅੱਗੀ ਦਾ ਵਾੜਾ ਕੀ ਪੁੱਛਦੇ ਹੋ ਉਹ ਆਤੀ ਹੈ ਬਨਕਾ ਅਪਰਾਧ ਮਖੜ ਕੋਈ ਪਾਈ ਪੈਸਾ ਨਹੀਂ ਸਾਡਾ ਕੰਮ ਤੇ ਮੁਖਤਾ ਮੇ ਪਿਆ ਹੁੰਦਾ ਹਾਂ ਦਿੱਤਾ ਤੂੰ ਆਇਆ ਤੇ ਕੁਛ ਵੀ ਨਹੀਂ ਹੈ ਨਾ ਉਹ ਮੁਖਤਾ ਮੇ ਪਿਆ ਕੰਮ ਹੁੰਦਾ ਜੀ ਬਜ਼ੁਰਗੋ ਕਿੱਥੇ ਬੋਲਦੇ ਹੋ ਪੇ ਠੀਕ ਹੈ ਮੈਂ ਵੀ ਗੱਲ ਪੱਕੀ ਕਰਕੇ ਆਸਾਂ ਨਾ ਤੇ ਦੋ ਇੱਕ ਜੜੇ ਹੀ ਨਿਕਾਹ ਕਰਕੇ ਨਸਾਂ ਉਹ ਇਸ ਕੋਲੋਂ ਹੋਰ ਚੰਗੀ ਗੱਲ ਕਿਹੜੀ ਸੀ ਠੀਕ ਹੈ ਨਾ ਬਸ ਅਗਰ ਕੰਮ ਨਹੀਂ ਬੜਵੀ ਸੀ ਨਾ ਬਸ ਇਹ ਗੱਲ ਠੀਕ ਹੈ ਬਸ ਤੁਸੀਂ ਗੱਲ ਬਾਤ ਕਰੋ ਤੇ ਮੈਂ ਵੀ ਗੱਲ ਬਾਤ ਕਰਕੇ ਕੋਈ ਇੱਕ ਹੀ ਜੜਾ ਰੱਖਨੇ ਆਗਾ ਬਸ ਇਹ ਗੱਲ ਸਹੀ ਆ ਕੀ ਹੈ ਅੱਲਾ ਖੈਰ ਕਰ ਸੀ ਹਾਂ ਇਹ ਗੱਲ ਸਹੀ ਹਾਂ ਤੁਸਾਂ ਦਿੱਤਾ ਦਵਾਇਆ ਤੇ ਕੁਝ ਨਹੀਂ ਨਾ ਉਹ ਮੈਂ ਵੀ ਕੁਝ ਨਹੀਂ ਦਿੱਤੀ ਹਲੇ ਕੋ ਪੈਸੇ ਕਿਸੇ ਕੋ ਐਸੇ ਦਾ ਖੇਦੇ ਨਾ ਲਈ ਇਹ ਔਖੇ ਵੇਲੇ ਅਸਤੇ ਨਾ ਠੀਕ ਹੈ ਕੈਸਰ ਉਹ ਕੈਸਰ ਜੀ ਬਾਜੀ ਜਨ ਪਕਾਣੇ ਵਿੱਚ ਕੁਝ ਕਹਿਨ ਕਿਆ ਉਹ ਤਾਂ ਖਾਣੇ ਦਾ ਟਾਈਮ ਹੋ ਗਿਆ ਅੱਛਾ ਤਾਂ ਕਸਾ ਕੁਝ ਪਕਾਇਆ ਵੀ ਨਹੀਂ ਹਲ ਠੀਕ ਹੈ ਸਰ ਮੈਂ ਜੋ ਕੇ ਸਬਜ਼ੀ ਕੇ ਨਾਨ ਨਾ ਭਾਈ ਮੈਂ ਵੀ ਜਲਸਾ ਤੂੰ ਇੱਥੇ ਹੀ ਬਹਿ ਮੈਂ ਸਬਜ਼ੀ ਕਹਿਣ ਕਿਉਂ ਨਹੀਂ ਆਣਾ ਤੇ ਆਣਾ ਤੇਰੇ ਸੇ ਚੀਜ਼ ਵੀ ਕਹਿਣਾ ਭਾਈ ਮੈਂ ਆਪ ਦਿਲ ਸੇ ਆਪਣੀ ਮਰਜ਼ੀ ਦੀ ਚੀਜ਼ ਹਾਂ ਹਾਂ ਦੱਸ ਰੁਪਏ ਤੂੰ ਪਕੜ ਜੇ ਆਣਾ ਮੈਂ ਤੇਰੇ ਸੇ ਮੁਕਰੀਆਂ ਹੀ ਕਹਿਣਾ ਸੀ ਠੀਕ ਹੈ ਅੱਜ ਦਾ ਮੈਂ ਅੰਦਰ ਕਰਨੀ ਆ ਤਾਂ ਤੇ ਕੁਝ ਫਰੂਟ ਵਗੈਰਾ ਕੱਟ ਕੇ ਦੇਣੀ ਆ ਤੂੰ ਖਾ ਕੇ ਠੀਕ ਹੈ ਬਹੁਤ ਸੋਹਣੀ ਕੁੜੀ ਦੇਖੀ ਤੇ ਯਾਰ ਲਾ ਹੁਣ ਫਿਰ ਕਿਹੜੇ ਮਿਲ ਜੁਲੇ ਅੱਗੇ ਵੀ ਮਾਰਿਆ ਪਰ ਅੱਗੇ ਵੀ ਮਾਰਿਆ ਸੋ ਚੁਣਿਆ ਕਰੋ ਫਿਰ ਨਾ ਮਾਰੇ ਜੁਲਸਾਂ ਸੋ ਕੇ ਆਖੀਏ ਸ਼ਰਮ ਤੇ ਆਂਦੀ ਨੀ ਤੁਸੀਂ ਤੇ ਬੜੀ ਖਬਰਦਾਰ ਮਾ ਕਦੇ ਕੁਝ ਆਖੀ ਤੇ ਮੈਂ ਤਾਂ ਨਾ ਕੀ ਆਖੇ ਤੂੰ ਮੈਂ ਇਤਨਾ ਕੋਕੋ ਤੇ ਕਿਉਂ ਦੇਖਣਾ ਉਹ ਤੂੰ ਹੈ ਇਤਨੀ ਸੋਹਣੀ ਹੈ ਤੂੰ ਤਾਂ ਦੇਖਣ ਦਾ ਦਿਲ ਕਰਦਾ ਨਾ ਤਾਂ ਦੇਖਣੀ ਹੈ ਨਾ ਤੂੰ ਤਾਂ ਓ ਯਾ ਸਸਾ ਸੁਣ ਤੂੰ ਮੇਰੇ ਨਾਲ ਵਿਆਹ ਕਰਸੇ ਮੈਂ ਤੇ ਕਿਸੇ ਅਮੀਰ ਆਦਮੀ ਨਾਲ ਵਿਆਹ ਕਰਸਾਂ ਬਸ ਤਮਾਸ਼ਾ ਉਹ ਚਲੀਏ ਇਸ ਗ੍ਰਹਿ ਮੈਂ ਮੇਰੇ ਕੋਲੋਂ ਜ਼ਿਆਦਾ ਅਮੀਰ ਆਦਮੀ ਕੌਣ ਹੈ ਦੁਨੀਆ ਦੀ ਅਰਸ਼ ਹੈ ਮੇਰੇ ਕੋਲ ਕੋਠੀ ਕਾਰ ਬੰਗਲਾ ਪੈਸਾ ਦੁਨੀਆ ਦੀ ਅਰਸ਼ ਹੈ ਦੱਸ ਦਾ ਕੀ ਲੋੜ ਤੁਸਾਂ ਮਰਦਾਂ ਦਾ ਕੀ ਇਤਬਾਰ ਹੈ ਤੁਸੀਂ ਤੇ ਇੱਕ ਮਿੰਟ ਵਿੱਚ ਬਦਲ ਜੁਲਦੇ ਹੋ ਅੱਛਾ ਫਿਰ ਤੁਹਾਡਾ ਨੀ ਇਤਬਾਰ ਸਾਡੇ ਤੇ ਉਹ ਇਹ ਅੰਗੂਠੀ ਮੇਰੀ ਮਾਊ ਬਣਾਈ ਆਖਦੀ ਇਹ ਤੇਰੀ ਘਰੇਲੀ ਸੀ ਬਣਾਉਣੀ ਆ ਤੇ ਅੱਜ ਇਹ ਅੰਗੂਠੀ ਮੈਂ ਤੁਹਾਨੂੰ ਲਵਾ ਕੇ ਸੀ ਨੋ ਬਣਾਉਣਾ ਮੈਂ ਤਾਂ ਅੱਛਾ ਇਹ ਗੱਲ ਹੈ ਅੰਗੂਠੀ ਤੇ ਮੈਂ ਤਾਂ ਲਵਾ ਛੋੜੀ ਹੈ ਤੇ ਗੱਲ ਸੁਣ ਇਹ ਬਰਾਤ ਮੈਂ ਕਦੋਂ ਕਹਿਣ ਕਿਆ ਵਾ ਫਿਰ ਇਸ ਮਹੀਨੇ ਦੀ 5 ਤਰੀਕ ਠੀਕ ਹੈ 5 ਤਰੀਕ ਚੱਲ ਫਿਰ ਮੇਰਾ ਇੰਤਜ਼ਾਰ ਕਰੀ ਮੈਂ ਆਸਾਂ 5 ਤਰੀਕ ਆ ਤੇ ਤੁੰਦਾ ਆਪਣੀ ਬੋਟੀ ਬੜਾ ਕੇ ਖੜ ਸੋ ਕਿਉਂ ਜੀ ਮਕਾਨ ਪਸੰਦ ਆਇਆ ਸਾਡਾ ਮਕਾਨ ਤੇ ਪਸੰਦ ਆਇਆ ਜੀ ਪਰ ਕੋਈ ਖਾਸ ਲੋਕੇਸ਼ਨ ਨਹੀਂ ਉਹ ਗ੍ਰਾਂ ਵਿੱਚ ਇਹ ਜਿਹੇ ਮਕਾਨ ਹੁੰਦੇ ਨੇ ਅਸਲ ਵਿੱਚ ਮਕਾਨ ਵੇਚਦੇ ਨਾ ਇਹ ਅਸੀਂ ਅਸਾਂ ਦੀ ਮਜਬੂਰੀ ਇੱਕ ਨਿੱਕੀ ਜੀ ਇਸ ਸਸਤੇ ਵੇਚਦੇ ਹਾਂ ਮਕਾਨ ਕੀ ਮਜਬੂਰੀ ਹੈ ਜੀ ਤੁਸੀਂ ਤਾਂ ਬੜੇ ਖੁਸ਼ ਨਜ਼ਰ ਆਉਂਦੇ ਹੋ ਉਹ ਜੀ ਕੀ ਦੱਸਾਂ ਬਸ ਕੁਛ ਸ਼ਾਦੀ ਦਾ ਮਸਲਾ ਪਰ ਕਿਸੇ ਹਾਲੀ ਦੱਸਣਾ ਨਹੀਂ ਸ਼ਾਦੀ ਤੇ ਮਾਤਮਾਂ ਦੇ ਘਰ ਕਦੋਂ ਛੁਪੇ ਨੇ ਤੇ ਚਲੋ ਦੱਸੋ ਇਸ ਦਾ ਕੀਮਤ ਕਿੰਨੀ ਹੈ ਮਕਾਨ ਦੀ ਉਹ ਮਕਾਨ ਦੀ ਉਹ ਠਹਿਰੋ ਭਰਾ ਮੇਰਾ ਆ ਗਿਆ ਤੇ ਦੱਸਣੇ ਆ ਸੀ ਦੱਸੋ ਅਸਲਾਮ ਵਾਲੇਕੁਮ ਜੀ ਕੀ ਹਾਲ ਜੀ ਠੀਕ ਹੋ ਠੀਕ ਠਾਕ ਅਸਲਾਮ ਵਾਲੇਕੁਮ ਭਰਾ ਹੈ ਇਹ ਆਏ ਨੇ ਮਕਾਨ ਵਾਸਤੇ ਅੱਛਾ 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 ਤੇ ਕੋ ਗੱਲਬਾਤ ਕੀਤੀ ਇਹਨਾਂ ਨਾਲ ਹਾਂ ਇਹਨਾਂ ਨਾਲ ਗੱਲਬਾਤ ਤੇ ਕੀਤੀ ਹੈ ਸਾਰੀਆਂ ਤੈਅ ਹੋ ਗਈਆਂ ਤੇ ਮੈਂ ਆਹ ਭਰਾ ਵੇ ਤੇ ਫਿਰ ਗੱਲ ਕਰਨੇ ਆ ਪੈਸਿਆਂ ਦੀ ਤੂੰ ਮੈਂ ਆਹ ਤੂੰ ਆਪ ਹੀ ਇਸ ਨਾਲ ਗੱਲ ਕਰਕੇ ਯਾਰਾ ਜੀ ਮਕਾਨ ਅਸੀਂ ਵੇਚਦੇ ਤਾਂ ਨਾ ਆਇਆ ਪਰ ਉਹ ਬਸ ਸਾਡੀ ਥੋੜ੍ਹੀ ਜਿਹੀ ਮਜਬੂਰੀ ਹੈ ਉਹ ਅੱਛਾ ਅਤੇ
ਮਕਾਨ ਦਾ ਯਾਰਾ ਜੀ ਤੁਸੀਂ 4-1 ਲੱਖ ਰੁਪਏ ਚਾਹੋ ਤੇ ਮਕਾਨ ਸਾਂ ਚਾਹੋ ਜ਼ਮਾਨ ਭਰਾ 4 ਲੱਖ ਤੇ ਬਹੁਤ ਜ਼ਿਆਦਾ ਹੈ ਤੇ 2.5 ਲੱਖ ਕੋ ਰਸਤੇ ਹੋ ਤੇ ਮੈਂ ਚਾਹ ਦੇਣਾ ਓ ਯਾਰ ਤੂੰ ਆਪ ਸਮਝਦਾਰ ਹੈ 2.5 ਲੱਖਾਂ ਦਾ ਇਹ ਮਕਾਨ ਹੈ ਕੋਈ ਥੋੜ੍ਹਾ ਬਹੁਤ ਉੱਥੇ ਕਰ ਨਾ ਦੇ ਕਰਕੇ ਦਿੰਦੇ ਹਾਂ ਫਿਰ ਮੈਂ ਭਰਾਊ ਨਾਲ ਗੱਲ ਕਰਨਾ ਤੇ ਇਨਸ਼ਾਅੱਲਾ ਕਰਕੇ ਦਿੰਦਾ ਕੁਛ ਓ ਭਰਾ ਨਾ ਤੇਰਾ 4 ਲੱਖ ਰੁਪਇਆ ਦਿੰਦਾ ਉਹਨਾਂ ਦਾ 2.5 3 ਵੇ ਗੱਲ ਮੁਕਾਓ ਜੀ ਬਸ ਇਸ ਕੰਮੇ ਮੁਕਾਓ ਸਾਢੇ 3 ਲੱਖ ਰੁਪਏ ਚ ਹੋ ਗਈ ਗੱਲ ਮਜਬੂਰ ਨਾ ਬਸ ਨਾ ਢਾਈ ਦੇਣਾ ਤੇ ਨਾ ਚਾਰ ਦੇਣਾ ਇਹ ਪਕੜੋ 3 ਲੱਖ ਰੁਪਏ ਗੱਲ ਪੱਕੀ ਕਰੋ ਤੇ ਇਹ ਕਿਨੋ ਲਿਆਣਾ ਬੜੇ ਭਰਾਉਂ ਦੋ ਫਿਰ ਕਿਹਾ ਹਫ਼ਤੇ ਹੋ ਭਰਾ ਯਾਰ
ਕੰਮ ਕਰਕੇ ਫਿਰ 3 ਮਹੀਨੇ ਬਾਅਦ ਅਸੀਂ ਖਾਲੀ ਕਰ ਚੁੱਕੇ ਸਾਂ ਤੇ ਇਹ 50,000 ਰੁਪਏ ਬਿਆਨ ਹੈ ਤੇ ਬਾਕੀ ਕਾ ਸਟਾਮ ਲਿਖਾਇਓ ਤੇ 2.5 ਲੱਖ ਰੁਪਏ ਮੈਂ ਤੁਸਾਂ ਚਾਹ ਦੇਸਾਂ ਠੀਕ ਹੈ ਮਲਿਕ ਸਾਹਿਬ ਠੀਕ ਹੈ ਜੀ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਮਾ ਠੀਕ ਹੈ ਜੀ ਅੱਲਾ ਦੁਆਰਾ ਠੀਕ ਹੈ ਫਿਰ ਕੰਮ ਆ ਸਾਂ ਠੀਕ ਹੈ ਠੀਕ ਬੜਾ ਖੁਸ਼ ਹੈ ਸ਼ੁਕਰ ਹੈ ਮਕਾਨ ਵਿਕ ਗਿਆ ਮਕਾਨ ਤੇ ਵਿਕ ਗਿਆ ਤੇ ਇਸ ਤਰ੍ਹਾਂ ਕਰ ਸਾਂ ਨਾ ਪੈਸੇ ਵੀ ਰੱਖ ਲੈ ਤੂੰ ਨਾ ਭਰਾ ਤੂੰ ਬੜਾ ਆਦਮੀ ਤੂੰ ਕੋ ਰੱਖ ਤੂੰ ਬੜਾ ਯਾਰ ਚੱਲ ਫਿਰ ਇਹ ਮੈਂ ਰੱਖ ਕੇ ਯਾ ਤੂੰ ਇੱਥੇ ਫਿਰ ਨਹੀਂ ਵੀ ਮੈਂ ਤੋ ਹੀ ਬੈਠੂ ਨਾ ਯਾ ਮੈਂ ਤੇ ਬਹੁਤ ਪਰੇਸ਼ਾਨ ਆ ਕਿਉਂ ਕੀ ਮਸਲਾ ਤੂੰ ਪਰੇਸ਼ਾਨ ਕਿਉਂ ਹੋ ਮੈਂ ਉਹ ਮੇਰੇ ਹੁੰਦੇ ਤੂੰ ਕਿਉਂ ਪਰੇਸ਼ਾਨ ਹੈ ਪੰਜੀ ਤਾਰੀਖ ਇਨਸ਼ਾਅੱਲਾ ਬਾਏ ਫਿਰ ਮੈਂ ਜਾਨ ਕੁਛ ਢੂੰਡਾ ਮੈਂ ਤੇਰੇ ਸੇ ਕੁਕੋ ਫਾਕਣਾ ਪਰ ਤੇਰੇ ਮਿਆਰ ਦਾ ਨਹੀਂ ਹੈ ਤੇ ਇਹ ਪੈਸੇ ਨਹੀਂ ਜੇ ਕੋ ਤੇਰਾ ਦਿਲ ਆਖਦਾ ਤੂੰ ਜਾ ਕੇ ਜੇ ਕੋ ਤਾਂ ਚੰਗਾ ਲੱਗਿਆ ਤੂੰ ਜਾ ਕੇ ਤੁਸੀਂ ਮੈਂ ਇਤਨੇ ਜ਼ਿਆਦਾ ਪੈਸੇ ਚਾਹਦੇ ਤੇ ਮੈਂ ਇਸ ਤੱਕ ਕੀ ਕਰ ਸਕਾਂ ਕਿੰਜੋ ਸੰਭਾਲ ਸਕਾਂ ਚਲੋ ਮੈਂ ਇਸ ਤਾਂ ਫਰਨੀਚਰ ਬਣਾ ਕੇ ਸਭ ਫਰਨੀਚਰ ਦਾ ਬੰਦੋਬਸਤ ਕਰ ਸਕਾਂ ਫਿਰ ਤੁਸੀਂ ਸ਼ਾਦੀ ਦੀਆਂ ਤਿਆਰੀਆਂ ਸ਼ੁਰੂ ਕਰੋ ਤੇ ਮਾਂ ਤੇ ਤੁਸਾਂ ਦੇ ਬਹੁਤ ਜ਼ਿਆਦਾ ਇਤਮਾਦ ਹੈ ਤੁਸਾਂ ਮੈਨੂੰ ਲੱਗਦਾ ਮੇਰੇ ਤੇ ਇਤਮਾਦ ਨਹੀਂ ਹੈ ਚਲੋ ਮੈਂ ਤੁਹਾਨੂੰ ਆਪਣਾ ਘਰ ਦੱਸਣੀ ਹੈ ਉਹ ਇਹ ਜੀ ਗੱਲ ਕੋਈ ਵੀ ਨਹੀਂ ਚੱਲ ਤੂੰ ਆਖਣੀ ਹੈ ਤੇ ਨਾਲ ਚਲਾ ਜੁਰਨਾ ਪਰ ਮੇਰੇ ਦਾ ਨਾ ਹੀ ਬਰਬਾਦ ਕਰਕੇ ਛੋੜ ਦਿੱਤੀ ਹੈ ਮੇਰੀ ਬੀਵੀ ਬਣ ਮਾਂ ਨਾ ਬਣ ਬੀਵੀ ਬਣ ਲਈ ਹੈ ਨਾ ਤਾਂ ਇਸ ਵੇਲੇ ਤੱਕ ਬਰਦਾਸ਼ਤ ਕਰਨੀ ਹੈ ਭਈ ਨਾ ਦੇਣਾ ਪੈਸੇ
ਬਾਦਮਾ ਤੇਰੇ ਦੇ ਉਸ ਸੜੀ ਹੋ ਗਿਆ ਜਿਸ ਸੜ ਤੋਂ ਮੈਂ ਪਹਿਲੀ ਵਾਰ ਦੇਖਿਆ ਹੁਣ ਤੇ ਚੱਲੀਏ ਤੋਂ ਮੇਰਾ ਦਿਲ ਹੀ ਕੱਟ ਕੇ ਦਿਆ ਤੇ ਨਿੱਕਾ ਜਿਹਾ ਘਾਰ ਹੈ ਤੇ ਕੀ ਹੋਇਆ ਉਹ ਤੋਂ ਤਾਂ ਮੈਂ ਉਹ ਜੀ ਜਾਈ ਖੜਸਾਂ ਕਿ ਤੂੰ ਵੀ ਯਾਦ ਰੱਖ ਸਕੇ ਕਿਸ ਸ਼ਨਸ਼ਾਹ ਨਾਲ ਪਾਲਾ ਪਿਆ ਤੇ ਹੁਣ ਮੈਂ ਜੁਲਣਾ ਫਿਰ ਮੁਲਾਕਾਤ ਹੋ ਸੀ ਮੁਲਾਕਾਤ ਤੇ ਆਉਣ ਵਾਲੀ ਹੈ ਰਸਮ ਹੁਣ ਤੁਸੀਂ ਚਲੋ ਮੇਰੇ ਭਰਾ ਵੀ ਆਉਣ ਵਾਲੇ ਸੀ ਚੱਲ ਸਹੀ ਹੈ ਫਿਰ ਠੀਕ ਹੈ ਲੈ ਜੂ ਵਾਲੇ ਬਾਜੀ ਅਸੀਂ ਕਿਧਰ ਚੱਲੀ ਹਾਂ ਅਸੀਂ ਸਭ ਕੁਝ ਛੋੜ ਕੇ ਸ਼ਹਿਰਾਂ ਚੱਲੇ ਹਾਂ ਤੇ ਬਾਜੀ ਮਾਲਕ ਮਕਾਨ ਦਾ ਕੀ ਕਰਸਾਂ ਦਫਾ ਕਰ ਮਾਲਕ ਮਕਾਨ ਚੱਲ ਸਭ ਨਿਕਲਾਂ ਜਲਦੀ ਕਰੋ ਜਲਦੀ ਕਰੋ ਚੱਲ ਯਾਰ ਹਲੀ ਤੱਕ ਫਕੀਰ ਮਾਹੌਲ ਨਹੀਂ ਆਇਆ ਇਹ ਭਰਾ ਵੀ ਯਾਰ ਅੱਜ ਦਿਹਾੜਾ ਗਏ ਰਹਿ ਦੇ ਉਸਾਂ ਇਤਨਾ ਪਾਗਲ ਹੈ ਉਸਾਂ ਪਤਾ ਹੀ ਨਹੀਂ ਪਤਾ ਨਹੀਂ ਆਪ ਤੇ ਵਿਆਹ ਕਰਸੀ ਨਾ ਕਰਸੀ ਤੇ ਮੇਰਾ ਕੰਮ ਨਾ ਖਰਾਬ ਹੋਵੇ ਮੈਂ ਤੇ ਜੁਲਾ ਪਹਿਲੇ ਆਪੀ ਤਿਆਰੀ ਕਰਕੇ ਨਾ ਉਹ ਆਇਆ ਤੇ ਆਸੀ ਮੈਂ ਤਿਆਰੀ ਕਰਕੇ ਆਉਣਾ ਸ਼ਰਮਾਨ ਭਰਾ ਉਹ ਕਿੱਥੇ ਹੋ ਅੱਜ ਪੰਜ ਤਰੀਕ ਵਾਲਾ ਦਾ ਬਣਿਆ ਉਹ ਭਰਾ ਕੀ ਗੱਲ ਹੋ ਅੱਜ ਪੰਜ ਤਰੀਕ ਵਾਲਾ ਦਾ ਬਣਿਆ ਤੂੰ ਕਿਧਰ ਚਲਾ ਗਿਆ ਮੈਂ ਤੇਰਾ ਹੀ ਇੰਤਜ਼ਾਰ ਪਿਆ ਕਰਨਾ ਆ ਮੈਂ ਨਹੀਂ ਆ ਗਿਆ ਮਾਂ ਬੇ ਨਾ ਕੇ ਆਇਆ ਇਹ ਦੇ ਹੱਥਾਂ ਇਹ ਆਪੇ ਅਸੇ ਬਸਕਾਟਾਂ ਦੀ ਇਸ ਨਾਲ ਇਹ ਹਾਰਾ ਨੇ ਨਾਲ ਦਾ ਬੰਦਾ ਐ ਮੈਂ ਹਾਰਾ ਸਵਾ ਬੰਦਾ ਨਹੀਂ ਜਰਾ ਉਹ ਇਹ ਤੇ ਚੰਗਾ ਕੰਮ ਕੀਤਾ ਪਰ ਤੂੰ ਇਤਨੀ ਦੇਰ ਕਰ ਛੋੜੀ ਮੈਂ ਡਰਾ ਹੀ ਛੋੜੀ ਮੈਂ ਬੜਾ ਪਰੇਸ਼ਾਨ ਹੋ ਗਿਆ ਮੈਂ ਫਿਰ ਆਖਾ ਮੈਂ ਆਪ ਹੀ ਤਿਆਰ ਹੋਣਾ ਉਹਨਾਂ ਦਾ ਬੰਦੇ ਬੇਦਾ ਕੰਮ ਹੈ ਬੰਦਾ ਜਰਾ ਚਮਕ ਕਮੋ ਕੀ ਜੁੱਦੇ ਨਾਲ ਇਹ ਹਾਰਾ ਦੀ ਵੀ ਖਲ ਮੈਂ ਪਾ ਕੇ ਜਰਾ ਚੈੱਕ ਕਰਨਾ ਇਹ ਪਕੜ ਉਹਦਾ ਤੁਹਾਨੂੰ ਕਿਹਦਾ ਲੱਗਣਾ ਉਹ ਯਾਰਾ ਭਰਾ ਬੂਮ ਮੰਦਾ ਲੱਗਣੇ ਹੋ ਕੋ ਬੱਤਰ ਕਰਨਾ ਹੋ ਸੁਣਨ ਲੱਗਣੇ ਹੋ ਤੂੰ ਦੇ ਗਵਾਂ ਜੰਦੇ ਤੇ ਪਿੰਡਾਂ ਦੀਆਂ ਸਾਲਾਂ ਦਾ ਉਹ ਉਹ ਤੇ ਲੋਕ ਦੇਖ ਸੁਣ ਆਖੁਰ ਵਿਆਹ ਹੁੰਦਾ ਹੈ ਪਿਆ
ਆਪਣੀ ਹਾਲਤ ਕੀ ਬਣਾਈ ਦੀ ਆ ਇਹ ਲਾਲ ਇਸ ਕੋਟਿਆਂ ਕੋਟੀ ਲਾ ਬੰਦੇ ਦਾ ਆਖਰ ਤੂੰ ਕਿ ਭਰਾ ਮੈਂ ਮੇਰਾ ਮੈਂ ਤਾਂ ਬਸ ਕੱਟ ਮੈਂ ਆਪ ਤੋਂ ਨਾ ਲਵਾਨਾ ਮੈਂ ਆਪਣੇ ਭਰਾ ਨੂੰ ਆਪ ਦੁਲਾ ਬੜਾ ਸਾਂ ਇਹਨੂੰ ਲਾ ਨਾ ਇਹਨੂੰ ਬੋਲ ਨਾ ਇਹਦੇ ਹਾਂ ਹਾਂ ਲੈ ਆਰ ਵੀ ਪਾਣੀ ਨਾ ਅਸੀਂ ਤੇ ਆਪ ਪਾ ਕੇ ਦੇਖਾਂ ਨਾ ਮੇਰਾ ਦਿਲ ਬਹੁਤ ਖਫੀ ਆ ਉਹ ਕਿਉਂ ਕੋਈ ਯਾਰ ਗਰਾਈਆਂ ਲਿਆ ਬੁਲਾਵਾ ਜਾਂ ਕੋਈ ਜਾਂਜੀ ਕੋਈ ਢੋਲ ਧਮਕਾ ਕੋ ਅੱਗੇ ਪਿੱਛੇ ਕਰਾਇਆ ਉਹ ਛੋੜ ਗਰਾਈਆਂ ਲਿਆ ਤੁਸਾਂ ਯਾਦ ਨੀ ਅਗਲਾ ਮੈਂ ਜਿਹੜਾ ਪਹਿਲਾ ਵਿਆਹ ਕੀਤਾ ਉਸਨੇ ਮੈਂ ਸਾਰੀ ਆਪਣੀ ਜਮਾ ਪੂੰਜੀ ਲਵਾਈ ਇਹਨਾਂ ਰੋਟੀ ਖਿਲਾਈ ਘਰੇ ਲਈ ਨੱਸ ਗਈ ਹੁਣ ਇਹਨਾਂ ਗ੍ਰਹਿਆਂ ਵਾਲੇ ਨਾ ਦੱਸਦੇ ਹੀ ਨਾ ਬਾਹਰੋਂ ਬਾਹਰ ਅਸੀਂ ਵਿਆਹ ਕਰ ਸਾਂ ਸਹੀ ਹੈ ਨਾ ਨਾ ਆਹਨੇ ਨੇ ਆਪਣੇ ਬੂਟਿਆਂ ਰਗੜ ਛੋੜ ਬਸ ਸਾਫ ਹੋ ਜਾਣ ਸੁਣ ਹਨਾ ਗੱਲ ਸੁਣ ਮੈਂ ਤੇ ਇਧਰੋਂ ਜੁਲਸਾਂ ਤੂੰ ਕਿਹੜੇ ਪਾਸੇ ਜੁਲਸੇ ਮੇਰਾ ਵੀ ਇਹੀ ਗੱਲ ਨਾ ਚਲ ਆ ਫਿਰ ਜੁਲਨੇ ਆ ਕੇ ਰੁਮਾਲ ਰੱਖੂ ਇਸ ਮੇਰਾ ਵੀ ਦੇ ਹੀ ਰਾਵੇ ਮੈਂ ਵੀ ਇਧਰ ਜੁਲਸਾ ਰੁਮਾਲ ਰੱਖ ਚਲ ਮਾਰੀ ਚਾਚੂ ਆਉਂਦੇ
ਆਪਣੀ ਵਫਾ ਤੇ ਬੜਾ ਯਕੀਨ ਹੈ ਕਿ ਇਹਨਾਂ ਧਿਆੜੇ ਇਹ ਟਾਈਮ ਜ਼ਰੂਰ ਆ ਸੀ। ਇਹ ਕੀ ਕਰਨ ਲੱਗੀ? ਮੇਰੇ ਵਾਸਤੇ ਚਲੀਏ, ਮੈਂ ਇਹਨਾਂ ਪੈਸਿਆਂ ਦੀ ਨਹੀਂ ਲੋੜ, ਮੇਰੇ ਕੋਲ ਅੱਲਾਹ ਦਾ ਦਿੱਤਾ ਹੋਇਆ ਬੂਹ ਖੋਜੇ। ਇਹ ਤੇਰੀ ਸ਼ਾਇਦ ਤੂੰ ਆਪੇ ਗੋਰ ਆ, ਤੇ ਇਸ ਤਰ੍ਹਾਂ ਕਰ ਕਿ ਇਹ ਤੇਰੀ ਚੀਜ਼ ਹੈ, ਤੂੰ ਆਪੇ ਗੋਰ ਰੱਖ, ਮੈਂ ਇਹਨਾਂ ਚੀਜ਼ਾਂ ਦੀ ਨਹੀਂ ਜ਼ਰੂਰਤ। ਅਤੇ ਇਸ ਤਰ੍ਹਾਂ ਕਰ, ਅਗਰ ਤੇਰੀ ਰਜ਼ਾਮੰਦਗੀ ਹੋਵੇ ਤਾਂ ਕਾਰੀ ਸਾਹਿਬ ਨੂੰ ਬੁਲਾ ਕੇ ਇੱਥੇ ਹੀ ਅਸੀਂ ਆਪਣਾ ਨਿਕਾਹ ਪੜ੍ਹਾ ਕੇ ਨਾ। ਚਲੋ ਫਿਰ ਠੀਕ ਹੈ, ਮੈਂ ਕਾਰੀ ਸਾਹਿਬ ਨਾਲ ਦਾ ਪਤਾ ਕਰਾਉਣਾ। ਅਤੇ ਤੂੰ ਇਸ ਤਰ੍ਹਾਂ ਕਰ, ਜੋ ਚੇਂਜ ਕਰਕੇ ਆਪਾਂ ਕਮਰੇ ਤੱਕ ਕੱਪੜੇ ਛੱਪੜੇ ਚੇਂਜ ਕਰ ਸਕਦੇ, ਨਾਲੇ ਦੌੜ ਕੇ ਚੱਲ ਕਾਰੀ ਸਾਹਿਬ ਦਾ ਪਤਾ ਕਰ, ਮਦਰਸੇ ਵਿੱਚ ਆਏ ਨੇ ਤੇ ਨਾ ਚਾਚੂ ਵਾਸਤੇ ਨੇ ਜਲਦੀ ਆਓ, ਜਰਾ ਕੰਮ ਇੱਕ ਦੱਸੋ। ਠੀਕ ਹੈ, ਤੂੰ ਜੋ ਲੈਣਾ ਨਾਲ, ਮੈਂ ਤੇ ਕੈਸਰ ਜਰਾ ਕਾ ਪਲਾਨ ਇਹ ਆ। ਚਲ ਜੇ ਨਾਲ ਖੜ ਆਂਟੀਆਂ। ਬੜਾ ਖਿਆਲ ਹੈ ਆਪਣੇ ਚਾਹੀਦੇ ਨੇ।
ਰੋਟੀ ਖਿਲਾ ਸਾਂ ਪੋਲੇ ਪੋਲੇ ਨਿਕਲਣਾ ਪਤਾ ਹੀ ਉੱਠ ਉੱਠ ਉੱਠ